ਬਰਤਨ ਲੋਹੇ ਦੇ ਕਦੀ ਟੁੱਟਦੇ ਨਹੀਂ, ਮਾਲੀ ਆਪਣੇ ਹੀ ਬਾਗ ਨੂੰ ਕਦੇ ਪੁੱਟਦੇ ਨਹੀਂ। ਟੁੱਟ ਜਾਂਦੇ ਨੇ ਕਈ ਵਾਰ ਖੂਨ ਦੇ ਰਿਸ਼ਤੇ, ਪਰ ਰਿਸ਼ਤੇ ਦੋਸਤੀ ਦੇ ਕਦੇ ਟੁੱਟਦੇ ਨਹੀਂ। ਜ਼ਿੰਦਗੀ ਵਿੱਚ ਜਿੱਥੇ ਸਭ ਰਿਸ਼ਤੇ ਤਬਾਹ ਹੋ ਜਾਂਦੇ ਹਨ, ਉੱਥੇ ਇੱਕ ਰਿਸ਼ਤਾ ਅਜਿਹਾ ਵੀ ਹੁੰਦਾ ਹੈ ਜਿਸ ਨਾਲ ਖੂਨ ਦਾ ਸੰਬੰਧ ਨਾ ਹੁੰਦਿਆਂ ਹੋਇਆ ਵੀ ਉਹ ਹਮੇਸ਼ਾ ਹਮਸਾਏ ਦੀ ਤਰ੍ਹਾਂ ਨਾਲ ਨਾਲ ਰਹਿੰਦਾ ਹੈ। ਉਹ ਰਿਸ਼ਤਾ ਹੈ ਦੋਸਤੀ ਦਾ ਰਿਸ਼ਤਾ, ਤੇ ਇਸੇ ਰਿਸ਼ਤੇ ਨੂੰ ਅਹਿਮੀਅਤ ਦੇਣ ਦੇ ਲਈ ਅੱਜ ਇੰਟਰਨੈਸ਼ਨਲ ਫਰੈਂਡਸ਼ਿਪ ਡੇ ਵਿਸ਼ਵ ਪੱਧਰ ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦਿਵਸ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ, ਖਾਸ ਕਰਕੇ ਪੈਰਾਗੁਏ ਵਿੱਚ, ਜਿੱਥੇ ਪਹਿਲਾ ਇੰਟਰਨੈਸ਼ਨਲ ਫਰੈਂਡਸ਼ਿਪ ਡੇ ਦਾ ਪ੍ਰਸਤਾਵ 1958 ਵਿੱਚ ਰੱਖਿਆ ਗਿਆ ਸੀ। ਇਹ ਦਿਵਸ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਮਿਤੀਆਂ ਤੇ ਮਨਾਇਆ ਜਾਂਦਾ ਹੈ।